ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਗਟ ਬਟੂਹਾ ਜਿੱਥੇ ਦੋਸਤੋ ਮੋਬਾਈਲ ਦੇ ਸਾਨੂੰ ਸੁੱਖ ਹੋਏ ਨੇ ਉਥੇ ਨੁਕਸਾਨ ਵੀ ਹੋਏ ਨੇ ਫਾਇਦੇ ਇਹ ਹੋ ਗਏ ਵੀ ਜਿਹੜਾ ਕੋਹਾਂ ਦਾ ਲੰਮਾ ਪੈਂਡਾ ਸੀ ਸੁਪਲਾਂ ਦੇ ਵਿੱਚ ਉਹ ਤੈਹ ਹੋ ਜਾਂਦਾ ਸਾਡੀ ਗੱਲ ਹੋ ਜਾਂਦੀ ਹੈਗੀ ਤੇ ਜਲਦੀ ਸਾਨੂੰ ਦੁੱਖ ਸੁੱਖ ਦਾ ਪਤਾ ਲੱਗ ਜਾਂਦਾ ਗੱਲਬਾਤ ਹੋ ਜਾਂਦੀ ਆ ਸੋ ਦੇ ਨਾਲ ਹੀ ਕਿਤੇ ਨਾ ਕਿਤੇ ਸਾਡੇ ਕੋਲੋਂ ਰਿਸ਼ਤੇ ਵੀ ਗਵਾਚ ਗਏ ਸੀ ਅੱਗੇ ਰਿਸ਼ਤੇਦਾਰੀਆਂ 'ਚ ਭੱਜੇ ਜਾਂਦੇ ਸੀ ਚਾਹ ਹੁੰਦਾ ਛੁੱਟੀਆਂ ਦੇ ਵਿੱਚ ਨਾਨਕੇ ਜਾਣ ਦਾ ਜਾਂ ਕਿਤੇ ਉਹ ਤੀਰਥਾਂ ਤੇ ਜਾਣ ਦਾ ਹਨਾ ਉਹ ਵੱਖਰਾ ਆਨੰਦ ਹੁੰਦਾ ਸੀ ਹੁਣ ਅਸੀਂ ਸਾਰਾ ਕੁਝ ਮੋਬਾਈਲ ਤੇ ਦੇਖ ਕੇ ਐਂ ਸਾਰਦੇ ਨੇ ਮੋਬਾਈਲ ਦੀ ਗੱਲ ਤੇ ਰਿਸ਼ਤਿਆਂ ਦੀ ਗੱਲ ਸੁਣ ਕੇ ਜੀ ਖੁਦ ਚੱਲ ਕੇ ਘਰ ਵਿੱਚ ਆਉਂਦੇ ਸੀ ਜੜ ਮਿਲ ਕੇ ਦੁੱਖ ਵੰਡਾਉਂਦੇ ਸੀ ਹਾਲ ਚਾਲ ਹੁਣ ਪੁੱਛਣ ਲਈ ਨਿਤ ਹੁੰਦਾ ਨੰਬਰ ਡਾਲ ਕੁੜੇ ਰਿਸ਼ਤਿਆਂ ਦੀ ਨਿੱਗ ਨੂੰ ਖਾ ਗਿਆ ਇਹ ਚੰਦ ਰਾਜ ਆ ਮੋਬਾਈਲ ਕੁੜੇ ਹਾਰ ਰਿਸ਼ਤਿਆਂ ਦੀ ਨਿੱਗ ਨੂੰ ਖਾ ਗਿਆ ਇਹ ਚੰਦ ਰਾਜ ਆ ਮੋਬਾਈਲ ਕੁੜੇ ਨੌ ਮਾਸ ਦੇ ਰਿਸ਼ਤੇ ਨੂੰ ਖਾ ਗਿਆ ਇਹ ਚੰਦ ਰਾਜ ਆ ਮੋਬਾਈਲ ਕੁੜੇ ਹੋ ਕਿੰਨਾ ਚਿਰ ਹੋ ਗਿਆ ਮਾਮੇ ਨੇ ਨਾ ਪਹਾਨ ਜਾ ਕੋਈ ਗਲ ਲਾਇਆ ਕੱਲ ਨਾਨੀ ਸ਼ਿਕਵਾ ਕਰਦੀ ਸੀ ਮੇਰੀ ਧੀ ਦਾ ਜਾਇਆ ਨਾ ਆਇਆ ਹੁਣ ਕਿੱਥੇ ਨਾਨ ਕਿਹੋਂ ਦਿੰਦਾ ਹੁਣ ਕਿੱਥੇ ਨਾਨ ਕਿਹੋਂ ਦਿੰਦਾ ਐਫ ਵੀ ਦਾ ਚੰਦਰਾ ਵੈਲ ਕੁੜੇ ਰਿਸ਼ਤਿਆਂ ਦੀ ਨਿਗ ਨੂੰ ਔਰ ਰਿਸ਼ਤਿਆਂ ਦੇ ਮੋ ਨੂੰ ਖਾ ਗਿਆ ਇਹ ਚੰਦਰਾ ਜਾਂ ਮੋਬਾਈਲ ਕੁੜੇ ਰਿਸ਼ਤਿਆਂ ਦੇ ਮੋਹ ਨੂੰ ਖਾ ਗਿਆ ਇਹ ਚੰਦਰਾ ਜਾਂ ਮੋਬਾਈਲ ਕੁੜੇ ਨੀ ਆਹ ਚੰਦਰਾ ਮੋਬਾਈਲ ਕੁੜੇ ਇਹ ਪਿੰਡ ਪਿੰਡ ਲਾਉਂਦੇ ਟਾਵਰ ਜੜੇ ਔਣ ਵਾਲੀਆਂ ਨਸਲਾਂ ਮਾਰਨਗੇ ਇਹਦੇ ਵਿੱਚੋਂ ਨਿਕਲੀਆਂ ਖਿਰਨਾ ਦੇ ਇਹ ਅੰਸ ਫਸਲਾਂ ਵੀ ਜਾਣਨਗੇ ਕੱਲ ਸੁਣਿਆ ਡਾਕਟਰ ਕਹਿੰਦਾ ਸੀ ਸੁਣਿਆ ਡਾਕਟਰ ਕਹਿੰਦਾ ਸੀ ਬੜੇ ਰੋਗ ਰਹੇ ਨੇ ਫੈਲ ਕੁੜੇ ਰਿਸ਼ਤਿਆਂ ਦੇ ਨਿਗਰੂ ਹੋ ਰਿਸ਼ਤਿਆਂ ਦੇ ਮੋਨ ਖਾ ਗਿਆ ਆਹ ਚੰਦੇ ਦਾ ਜਮ ਵੈਲ ਕੁੜੇ ਰਿਸ਼ਤਿਆਂ ਨੂੰ ਖਾਈ ਜਾਂਦਾ ਏ ਆਹ ਚੰਦਰਾਜਾ ਮੋਬਾਈਲ ਕੁੜੇ ਆਹ ਚੰਦਰਾਜਾ ਮਵੈਲ ਕੁੜੇ ਬੇਸ਼ੱਕ ਮਵੈਲ ਦੇ ਜਰੀਏ ਹੀ ਮੁਠੀ ਵਿੱਚ ਦੁਨੀਆ ਆ ਗਈ ਏ ਕੈਨੇਡਾ ਵਿੱਚ ਬੈਠੇ ਪੁੱਤਰ ਦਾ ਮਾਂ ਘਰ ਵਿੱਚ ਦੀਦ ਹੀ ਪਾ ਗਈ ਏ ਬੇਸ਼ੱਕ ਬਟੂ ਹੈ ਬੁਲਾਤੇ ਬੇਸ਼ੱਕ ਬਟੂ ਹੈ ਬੁਲਾਤੇ ਆਉਂਦੀ ਨਕਲੀ ਜਈ ਸੁਮੈਲ ਕੁੜੇ ਰਿਸ਼ਤਿਆਂ ਦੀ ਨਿਗਨੂ ਖਾ ਗਿਆ ਇਹ ਚੰਦਰਾ ਜਹਾਂ ਮੋਬਾਈਲ ਕੁੜੇ ਰਿਸ਼ਤਿਆਂ ਦੇ ਮੋ ਨੂੰ ਖਾ ਗਿਆ ਆਹ ਚੰਦਰਾ ਜਹਾਂ ਮੋਬਾਈਲ ਕੁੜੇ ਆਹ ਚੰਦਰਾ ਜਹਾਂ ਮਵੈਲ ਕੁੜੇ